ਇਸ ਚੀਜ਼ ਨੂੰ ਜਦ ਅਸੀਂ ਲੈ ਕੇ ਚੱਲਦੇ ਹਾਂ ਤੇ ਥੋੜਾ ਜਿਹਾ ਤੁਹਾਨੂੰ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਹੋਣਾ ਕਿ ਤੁਸੀਂ ਮੈਨੂੰ ਸ਼ੋਰ ਮਚਾ ਕੇ ਦਿਖਾਓ। ਹਮੇਸ਼ਾ ਲੋਕਾਂ ਨੇ ਕਿਹਾ ਚੁੱਪ ਰਹੋ। ਅੱਜ ਮੈਂ ਪ੍ਰਿੰਸੀਪਲ ਸਾਹਿਬਾਂ ਦੀ ਪਰਮਿਸ਼ਨ ਲੈ ਕੇ ਇੱਕ ਵਾਰ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਸ਼ੋਰ ਮਚਾ ਕੇ ਦਿਖਾਓ। 1 2 3 ਇੱਕ ਵਾਰੀ ਜ਼ੋਰ ਦੇ ਸ਼ੋਰ ਮਚਾਣਾ ਔਰ ਕਲੈਪਿੰਗ ਕਰਨੀ ਹੈ ਜ਼ਰੂਰ। 1 2 3 ਹੁਣ ਇਹ ਵੀ ਪੜ੍ਹਾਉਣ ਦਾ ਇੱਕ ਢੰਗ ਹੈ, ਤੁਹਾਡਾ ਗਲਾ ਖੁੱਲ ਜਾਏਗਾ, ਤੁਹਾਡੀ ਅੰਗਰੇਜ਼ੀ ਚੰਗੀ ਨਿਕਲੇਗੀ ਬਾਹਰ। ਇਹ ਮੈਂ ਤੁਹਾਨੂੰ ਇਸ ਵਾਸਤੇ ਸ਼ੋਰ ਨਹੀਂ ਬਚਵਾਇਆ ਕਿ ਕੁਛ ਹੋਰ ਆਪਣੇ ਜਿਹੜੇ ਵੋ ਕੱਪੜੇ ਬੜੇ ਚੰਗੇ ਪਾਏ ਹੋਏ ਹੈ, ਉੱਤੋਂ ਦੂਰੋਂ ਦੇਖੋ ਤਾਂ ਲੱਗਦਾ ਹੈ ਵਾਹ ਕਿਆ ਸ਼ਖਸੀਅਤ ਚੱਲਿਆ ਆ ਰਿਹਾ ਹੈ ਕਿ ਚਲੀ ਆ ਰਹੀ ਹੈ, ਲੇਕਿਨ ਜਦੋਂ ਤੁਹਾਡੇ ਨਾਲ ਗੱਲ ਕਰਨ ਜਾਂ ਗੱਲ ਨਾ ਕਰ ਪਾਉਣ ਤਾਂ ਲੱਗਦਾ ਪਹਿਲੇ ਗਲਾ ਸੁੱਕ ਰਿਹਾ ਹੈ, ਫਿਰ ਲੱਗਦਾ ਟੰਗ ਕੰਮ ਰਹੀ ਹੈ, ਫਿਰ ਲੱਗਦਾ ਹੱਥ ਵੀ ਕੰਮ ਰਿਹਾ ਹੈ, ਫਿਰ ਲੱਗਦਾ ਸਰੀਰ ਵੀ ਕੰਮ ਰਿਹਾ ਹੈ, ਫਿਰ ਲੱਗਦਾ ਪੈਰਾਸੀਟਾਮੋਲ ਦੀ ਦਵਾਈ ਦਵਾ ਦਿਓ। ਉਹ ਬੰਦਾ ਗੱਲ ਨਹੀਂ ਕਰ ਸਕਦਾ, ਉਹਨੂੰ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ। ਨਾਓ ਮੈਂ ਪ੍ਰਿੰਸੀਪਲ ਸਾਹਿਬਾਂ ਨੂੰ ਔਰ ਆਪ ਜੀ ਦੇ ਟੀਚਰਸ ਜਿਹੜੇ ਮੈਨੂੰ ਮਿਲੇ ਸਵੇਰੇ, ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਇਸ ਕਾਲਜ ਤੋਂ 5 ਅੱਛੇ ਬੱਚੇ ਇਸ ਤਰ੍ਹਾਂ ਦੇ ਛਾਂਟੋ ਜਿਹੜੇ ਬੋਲਣ 'ਚ ਅੱਛੇ ਨੇ। ਮੈਂ ਸਭ ਬੱਚਿਆਂ ਨੂੰ ਇਸ ਕਾਲਜ 'ਚ ਸਵੇਰੇ ਅੱਜ ਗੱਲ ਕਹਿਣਾ ਚਾਹਾਂਗਾ ਔਰ ਉਸ ਗੱਲ ਨੂੰ ਪੱਲੇ ਬੰਨ ਲਓ, ਜਦ ਤੱਕ ਜ਼ਿੰਦਗੀ ਹੈ ਤਦ ਤੱਕ ਉਹਨੂੰ ਯਾਦ ਰੱਖਣਾ। ਇਸ ਦੁਨੀਆਂ 'ਚ ਸੰਸਾਰ 'ਚ ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਪਹਿਲੇ ਟ੍ਰੇਨਡ ਹੋ ਕੇ ਆਇਆ ਹੈ, ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਪਹਿਲੇ ਤੋਂ ਵਿਦਵਾਨ ਬਣ ਕੇ ਆਇਆ ਹੈ। ਜਦ ਆਪਾਂ ਉੱਥੋਂ ਇੱਥੇ ਆਏ ਹਾਂ, ਸਾਰੇ ਬੱਚੇ ਇਸ ਸੰਸਾਰ 'ਚ ਇੱਕ ਤਰੀਕੇ ਨਾਲ ਹੀ ਆਏ ਨੇ, ਸਾਰੇ ਪ੍ਰਾਣੀ ਇੱਕੋ ਹੀ ਤਰੀਕੇ ਨਾਲ ਆਏ ਨੇ ਸਾਰਿਆਂ ਨੇ। ਇਹ ਨਹੀਂ ਸੀ ਕਿ ਕੋਈ ਇਸ ਸੰਸਾਰ 'ਚ ਆਇਆ ਤੇ ਉਹਨੇ ਪਹਿਲੇ 6000 ਰੁਪਏ ਦੀ ਕੋਈ ਬੜੀ ਵੱਡੀ ਸ਼ੇਰਵਾਨੀ ਪਾਈ ਹੋਈ ਸੀ, ਕੁਛ ਨਹੀਂ ਸੀ, ਕੋਈ ਕੱਪੜਾ ਨਹੀਂ ਸੀ ਇਸ ਸਰੀਰ ਤੇ, ਕੋਈ ਚੀਜ਼ ਨਹੀਂ ਸੀ, ਕੋਈ ਆਵਾਜ਼ ਨਹੀਂ ਸੀ, ਕੋਈ ਬੋਲੀ ਨਹੀਂ ਸੀ। ਔਰ ਡਾਕਟਰ ਸਭ ਤੋਂ ਪਹਿਲੇ ਜਦ ਬੱਚਾ ਪੈਦਾ ਹੁੰਦਾ ਹੈ ਤਾਂ ਉਹਨੂੰ ਇੱਕ ਛੋਟਾ ਜਿਹਾ ਥੱਪੜ ਮਾਰਦੇ ਨੇ ਕਿ ਇਹ ਰੋ ਕੇ ਵਿਖਾਏ, ਇਹ ਪਹਿਲੇ ਰੋ ਕੇ ਵਿਖਾਏ। ਸਭ ਤੋਂ ਪਹਿਲੇ ਕਿਸੇ ਬੱਚੇ ਦੀ ਕੋਈ ਆਵਾਜ਼ ਨਹੀਂ ਸੀ, ਕਿਸੇ ਬੱਚੇ ਦਾ ਕੋਈ ਕੱਪੜਾ ਨਹੀਂ ਸੀ, ਕੋਈ ਚੀਜ਼ ਨਹੀਂ ਸੀ, ਸਭ ਕੁਛ ਇੱਥੇ ਹੀ ਸਿੱਖਿਆ ਗਿਆ। ਮੈਂ ਹਰ ਇੱਕ ਬੱਚੇ ਨੂੰ ਅੱਜ ਗੱਲ ਕਹਿਣਾ ਚਾਹਾਂਗਾ, ਇਸ ਸੰਸਾਰ 'ਚ ਕੋਈ ਇਨਸਾਨ ਐਸਾ ਨਹੀਂ ਹੈ ਜੋ ਇਹ ਕਹੇ ਕਿ ਮੈਂ ਕੁਛ ਨਹੀਂ ਕਰ ਸਕਦਾ, ਮੇਰੇ ਕੋਲੋਂ ਕੁਛ ਨਹੀਂ ਹੋ ਸਕਦਾ। ਹਰ ਇਨਸਾਨ ਸਭ ਕੁਛ ਨਹੀਂ ਕਰ ਸਕਦਾ, ਲੇਕਿਨ ਹਰ ਇਨਸਾਨ ਬਹੁਤ ਕੁਛ ਕਰ ਸਕਦਾ। ਇਹ ਡਿਪੈਂਡ ਕਰਦਾ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇਸ ਤਰ੍ਹਾਂ ਕਿਉਂ ਹੁੰਦਾ ਹੈ ਤੁਹਾਨੂੰ ਕਦੀ ਕਦੀ ਤੁਹਾਨੂੰ ਇੰਨੀ ਅੱਛੀ ਲੱਗਦੀ ਹੈ, ਤੁਹਾਡਾ ਦਿਲ ਕਰਦਾ ਕਲਾਸ ਖਤਮ ਹੀ ਨਾ ਹੋਏ, 45 ਮਿੰਟਸ 1 ਘੰਟਾ ਜੋ ਵੀ ਪੀਰੀਅਡ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ, ਪਰ ਤੁਹਾਨੂੰ ਅਜੇ ਵੀ ਲੱਗਦਾ ਹੈ 1 ਘੰਟਾ ਖਤਮ ਹੋ ਗਿਆ, 1 ਕਲਾਸ ਖਤਮ ਹੋ ਗਈ, ਪਰ ਤੁਹਾਨੂੰ ਸਬਜੈਕਟ ਬੜਾ ਚੰਗਾ ਲੱਗਦਾ ਹੈ। ਔਰ ਕਿਸੇ ਕਿਸੇ ਟੀਚਰ ਦੀ ਕਲਾਸ ਜਮਾ ਹੀ ਚੰਗੀ ਨਹੀਂ ਲੱਗਦੀ, ਕਾਲਜ ਦੇ ਅੰਦਰ ਘੁਸਦੇ ਹੋ ਟੀਚਰ ਤੁਹਾਡੀ ਕਲਾਸ 'ਚ ਅੰਦਰ, ਤੁਹਾਨੂੰ ਲੱਗਦਾ ਆਏ ਹਾਏ ਇਹ ਫਿਰ ਆ ਗਿਆ ਹੈ, ਆਏ ਹਾਏ ਇਹ ਫਿਰ ਆ ਗਈ ਹੈ, ਓਏ ਇਹਦਾ ਨਿਆਣਾ ਕਿਉਂ ਨਹੀਂ ਬਿਮਾਰ ਹੋ ਗਿਆ, ਇਹਦੇ ਘਰ 'ਚ ਕੋਈ ਪ੍ਰੋਬਲਮ ਕਿਉਂ ਨਹੀਂ ਹੋ ਗਈ, ਇਹ ਨਾ ਆਈ ਹੁੰਦੀ ਤਾਂ ਚੰਗੀ ਸੀ। ਔਰ ਜਦ ਉਹਦੀ ਕਲਾਸ ਖਤਮ ਹੁੰਦੀ ਹੈ ਤੁਸੀਂ ਆਪਣੀ ਸਹੇਲੀ ਨੂੰ ਹੱਥ ਮਾਰ ਕੇ ਕਹਿੰਦੇ ਹੋ ਸ਼ੁਕਰ ਹੈ ਬਲਾ ਟਲੀ ਤੇ ਗਈ।